ਸਤਿ ਸ੍ਰੀ ਅਕਾਲ ਜੀ, ਮੈਂ ਗੁਰਿੰਦਰ ਸਿੰਘ ਕੋਟਕਪੂਰਾ। ਅੱਜ 4 ਦਸੰਬਰ ਦਿਨ ਬੁੱਧਵਾਰ ਸਵੇਰ ਦੇ 7:50 ਤੇ ਮਿਊਂਸਪਲ ਪਾਰਕ ਕੋਟਕਪੂਰਾ ਗੁੱਡ ਮਾਰਨਿੰਗ ਵੈਲਫੇਅਰ ਕਲੱਬ ਵੱਲੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਲਓ ਜੀ, ਗੁੱਡ ਮਾਰਨਿੰਗ ਵੈਲਫੇਅਰ ਕਲੱਬ ਦੇ ਪ੍ਰਧਾਨ ਸਮੇਤ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਜਿਹੜੀਆਂ ਇੱਥੋਂ ਦੀਆਂ ਰੇਲਵੇ ਸਮੱਸਿਆਵਾਂ ਬਾਰੇ ਗੱਲਬਾਤ ਸਾਂਝੀ ਕੀਤੀ। ਪਰਸੋਂ 6 ਦਸੰਬਰ ਦਿਨ ਸ਼ੁੱਕਰਵਾਰ ਨੂੰ ਸਵੇਰ ਦੇ ਟਾਈਮ ਆ ਰਿਹਾ ਜੀ ਐੱਮ ਦਾ ਕੋਟਕਪੂਰੇ ਸਟੇਸ਼ਨ 'ਤੇ ਆਉਣਾ ਹੀ ਆਪਣੇ ਆਪ 'ਚ ਮਹੱਤਵਪੂਰਨ ਹੈ। ਕੋਟਕਪੂਰੇ ਵਿਖੇ ਅੱਜ ਯਾਤਰੂਆਂ ਨੂੰ ਜਿਹੜੀਆਂ ਮੁਸ਼ਕਲਾਂ, ਸਮੱਸਿਆਵਾਂ ਅਤੇ ਪਰੇਸ਼ਾਨੀਆਂ ਆ ਰਹੀਆਂ ਨੇ, ਉਹਨਾਂ ਬਾਰੇ ਆਪਾਂ ਸਾਰਿਆਂ ਨੇ ਰਲ ਕੇ ਉਹ ਉਹਨਾਂ ਸਾਹਮਣੇ ਰੱਖਣੀਆਂ ਨੇ। ਇੱਕ ਤਾਂ ਕੰਟੀਨ ਹੈ ਨਹੀਂ, ਪਖਾਨਿਆਂ ਦਾ ਬੁਰਾ ਹਾਲ ਹੈ। ਅੱਜ ਪਖੰਡਬਾਜ਼ੀ, ਡਰਾਮੇਬਾਜ਼ੀ ਕੀਤੀ ਜਾ ਰਹੀ ਹੈ, ਸਿਰਫ GM ਨੂੰ ਦਿਖਾਉਣ ਲਈ ਚਮਕਾਇਆ ਜਾ ਰਿਹਾ ਰੇਲਵੇ ਸਟੇਸ਼ਨ। ਪਿਛਲੇ 10 ਸਾਲ ਤੋਂ ਬਾਅਦ ਇੱਕਦਮ ਇਸ ਤਰ੍ਹਾਂ ਚਮਕ ਦਮਕ, ਇਸ ਚੀਜ਼ ਦਾ ਆਪਾਂ ਭਾਂਡਾ ਫੋੜਨਾ ਉੱਥੇ ਮੈਂ ਇਸ ਤਰ੍ਹਾਂ ਨਹੀਂ ਚਾਹੀਦਾ, ਇਹ ਰੋਜ਼ਾਨਾ ਚਮਕਦਾ ਦਮਕਣਾ ਚਾਹੀਦਾ। ਇਹਦੇ ਲਈ ਗੁੱਡ ਮਾਰਨਿੰਗ ਵੈਲਫੇਅਰ ਕਲੱਬ ਤੋਂ ਜਿਹੜੀ ਚੀਜ਼ ਦੀ ਉਹਨਾਂ ਨੂੰ ਸਹਾਇਤਾ ਦੀ ਮਦਦ ਦੀ ਲੋੜ ਹੈ, ਅਸੀਂ ਹਾਜ਼ਰ ਹਾਂ। ਕੋਟਕਪੂਰੇ ਤੋਂ ਮੋਗੇ ਤੱਕ ਜਿਹੜੀ ਰੇਲਵੇ ਲਾਈਨ 3 ਵਾਰ ਪਾਸ ਹੋ ਚੁੱਕੀ ਹੈ, ਉਹਦੇ ਪਿੱਛੇ 1 ਸਾਲ ਰੇਲਵੇ ਪੁਲ ਲੇਟ ਹੋਇਆ ਫਰੀਦਕੋਟ ਜਾਣ ਵਾਲਾ, ਹੁਣ ਇੱਧਰੋਂ ਵੀ ਪਾਸ ਹੋ ਗਈ। ਪਹਿਲਾਂ ਕਹਿੰਦੇ ਕੋਟਕਪੂਰੇ ਤੋਂ ਜਾਣੀ ਹੈ, ਹੁਣ ਕਹਿੰਦੇ ਸੰਧਵਾਂ ਤੋਂ ਜਾਣੀ ਹੈ। ਉਹ ਮੇਨ ਮੰਗ ਹੈ, ਉਹ ਮੰਗ ਅਸੀਂ ਰੱਖਾਂਗੇ ਅੱਜ ਪਰਸੋਂ ਸਾਰੇ। ਬਾਕੀ ਆਪਾਂ ਚੱਲਦੇ ਹਾਂ ਸਾਡੇ ਪ੍ਰਧਾਨ ਐਡਵੋਕੇਟ ਗੁਰਬਚਨ ਸਿੰਘ ਟੋਨੀ ਕੋਲ। ਟੋਨੀ ਜੀ, ਤੁਸੀਂ ਦੱਸੋ ਇਹਦੇ ਬਾਰੇ ਕੁਛ ਕਹਿਣਾ ਚਾਹੁੰਦੇ ਹੋ ਤਾਂ? ਮੈਂ ਤਾਂ ਇਹ ਕਹਿਣਾ ਚਾਹੁੰਦਾ ਵੀ ਜਿਹੜੀ ਮੋਗਾ ਜਿਹੜੀ ਲਾਈਨ ਹੈ, ਬਾਗੇ ਪੁਰਾਣੇ ਵਾਲੇ ਬਾਈ ਨੇ ਜਿਹੜੀ ਬਹੁਤ ਜ਼ਿਆਦਾ ਮਤਲਬ ਸੰਘਰਸ਼ ਕਰਕੇ ਇਹ ਕਢਵਾਈ ਹੈ, ਅਤੇ ਇਹ ਸਾਡੇ ਮੁਹੰਮਦ ਸਦੀਕ ਜੀ ਨੂੰ ਵੀ ਚਾਹੀਦਾ ਕਿ ਉਹ ਮੈਂਬਰ ਪਾਰਲੀਮੈਂਟ ਨੇ, ਉਹ ਆਪਣਾ ਮੈਂਬਰ ਪਾਰਲੀਮੈਂਟ ਦੇ ਇਜਲਾਸ ਦੇ ਵਿੱਚ ਵੀ ਜ਼ਰੂਰ ਇਸ ਦੀ ਮੰਗ ਰੱਖਣ ਅਤੇ ਇਹਨੂੰ ਪੂਰਤੀ ਕਰਾਉਣ। ਵਾਅਦਾ ਕਰਕੇ ਗਿਆ ਸੀ, ਬਹੁਤ ਚਿਰ ਤੋਂ ਲਮਕਦੀ ਪਈ ਹੈ, ਵਾਅਦੇ ਤਾਂ ਉਹਨਾਂ ਨੇ ਬਹੁਤ ਕੀਤੇ ਸੀਗੇ। ਚਲੋ ਹੁਣ ਜਦੋਂ ਉਹਨਾਂ ਨੂੰ ਚੈੱਕ ਮਿਲਿਆ, ਪਹਿਲਾਂ ਚੈੱਕ ਤਾਂ ਉਹਨਾਂ ਨੇ ਆਪਾਂ ਨੂੰ ਹੀ ਦੇਣਾ ਹੈਗਾ ਜਿੰਮ ਦਾ, ਉਹ ਆਪਾਂ ਉਹਨਾਂ ਤੋਂ ਲੈਣਾ ਹੈਗਾ 10 ਲੱਖ ਰੁਪਏ ਦਾ, ਆਪਾਂ ਨੂੰ ਹਾਂ ਹੋਈ ਹੈ। ਚਲੋ ਨਹੀਂ, ਰੇਲਵੇ ਯਾਤਰੀਆਂ ਨੂੰ, ਰੇਲਵੇ ਯਾਤਰੀਆਂ ਵਾਸਤੇ ਕਹਿੰਦੇ ਹਾਂ ਵੀ ਰੇਲਵੇ ਸਟੇਸ਼ਨ ਜਿਹੜਾ ਹੈਗਾ ਸਾਡਾ ਸਾਫ਼ ਸੁਥਰਾ 24 ਘੰਟੇ ਰਹਿਣਾ ਚਾਹੀਦਾ, ਇਹ ਨਹੀਂ ਵੀ ਕਿਸੇ ਦੇ ਸਪੈਸ਼ਲ ਆਉਣ 'ਤੇ ਸਫਾਈ ਕੀਤੀ। ਹਾਂ, 2 ਬੁਲਾਰੇ ਹੋਰ ਨੇ ਜੀ ਗੁਪਤਾ ਜੀ, ਮੈਂ ਪਹਿਲਾਂ ਮਾਸਟਰ ਸੋਮਨਾਥ ਜੀ ਕੋਲ ਚੱਲਦਾ, ਕਿਹੜੀਆਂ ਕਿਹੜੀਆਂ ਰੇਲਾਂ ਦੀ ਮੰਗ ਕਰਦੇ ਹੋ? ਇੱਕ ਮਿੰਟ ਜੀ, ਅਸੀਂ 2 ਸਾਲ ਪਹਿਲਾਂ ਆਪਣੇ MLA ਕੁਲਤਾਰ ਸਿੰਘ ਸੰਧਵਾਂ ਦੀ ਅਗਵਾਈ ਵਿੱਚ DRM ਫਿਰੋਜ਼ਪੁਰ ਨੂੰ ਮਿਲੇ ਸੀ, ਉਹਨਾਂ ਨੂੰ ਲਿਖਤੀ ਮੰਗ ਪੱਤਰ ਵੀ ਦਿੱਤਾ ਸੀ। ਇੱਕ ਤਾਂ 2 ਟ੍ਰੇਨਾਂ ਜਿਹੜੀਆਂ ਅਹਿਮਦਾਬਾਦ ਤੋਂ ਕਟੜਾ ਜਾਂਦੀਆਂ, ਉਹਨਾਂ ਦਾ ਕੋਟਕਪੂਰੇ ਸਟੋਪੇਜ ਹੈ ਨਹੀਂ ਗਾ ਜੀ, ਨਾ ਅਪ ਅਤੇ ਨਾ ਡਾਊਨ, ਉਹਨਾਂ ਦਾ ਸਟੋਪੇਜ ਹੋਣਾ ਚਾਹੀਦਾ। ਜਦੋਂ ਕਿ ਇੱਕ ਫਰੀਦਕੋਟ ਖੜ੍ਹਦੀ ਹੈ, ਜਦੋਂ ਕਿ ਕੋਟਕਪੂਰਾ ਜੰਕਸ਼ਨ, ਇੱਥੇ ਰੁਕਣੀ ਚਾਹੀਦੀ। ਜਿਹੜੀ ਸ਼ਤਾਬਦੀ ਐਕਸਪ੍ਰੈਸ ਆ, ਇਹਦਾ ਕਿਰਾਇਆ ਬਹੁਤ ਜ਼ਿਆਦਾ, ਨਾਲੇ ਰੇਲਵੇ ਨੂੰ ਘਾਟਾ ਪੈਂਦਾ, ਇਹਦੀ ਥਾਂ 'ਤੇ ਨਾ ਜਰਨਲ ਐਕਸਪ੍ਰੈਸ ਜਾਂ ਮੇਲ ਗੱਡੀ ਚਲਾਉਣੀ ਚਾਹੀਦੀ, ਅਤੇ ਸਵੇਰੇ 5:40 ਤੋਂ ਲੈ ਕੇ ਰਾਤੀ 10:20 ਤੱਕ ਕੋਈ ਟ੍ਰੇਨ ਨਹੀਂ ਸਾਡੇ ਲੋਕਾਂ ਨੂੰ ਜਾਣ ਵਾਸਤੇ ਦਿੱਲੀ। ਦੁਪਹਿਰ ਦੀ ਟ੍ਰੇਨ ਚਾਹੀਦੀ ਜਿਹੜੀ ਦਿੱਲੀ ਜਾਵੇ। ਠੀਕ ਹੈ ਜੀ। ਅੱਛਾ, ਰੇਲਵੇ ਬਾਰੇ ਸਿਰਫ ਹੁਣ ਵਿਪਨ ਗੁਪਤਾ ਸਰ, ਪੰਜਾਬੀਆਂ ਨੂੰ ਜਦੋਂ ਬਾਹਰਲੇ ਸਟੇਟਾਂ ਵਿੱਚ ਜਾਂਦੇ ਹੈ, ਅਤੇ ਖਾਸ ਤੌਰ ਜਿਹੜੇ ਪਗੜੀ ਧਾਰੀ ਹੈ, ਉਹਨਾਂ ਨੂੰ ਟ੍ਰੇਨ ਦੇ ਵਿੱਚ ਤੰਗ ਕੀਤਾ ਜਾਂਦਾ ਸਰ, ਮੈਂ ਇਹਦੇ ਵੱਲ ਧਿਆਨ ਦੇਣਾ ਚਾਹੁੰਦਾ ਸਰ। ਦੂਸਰੀ ਗੱਲ ਇਹ ਹੈ ਵੀ ਜਿਹੜੀ ਰੇਲਵੇ ਟ੍ਰੇਨ ਦੇ ਅੰਦਰ ਸੁਪਰ ਫਾਸਟ ਅਤੇ ਐਕਸਪ੍ਰੈਸ ਟ੍ਰੇਨਾਂ 'ਚ ਹੈ, ਉਹਦੇ ਵਿੱਚ ਜਿਹੜੇ ਰਿਜ਼ਰਵੇਸ਼ਨ ਦੇ ਡੱਬੇ ਨੇ, ਉਹਨਾਂ 'ਚ ਜਿਹੜੇ ਡੇਲੀ ਪੈਸੇਂਜਰ ਚੜ੍ਹ ਜਾਂਦੇ ਹੈ, ਅਤੇ ਉਹ ਬੜਾ ਪਰੇਸ਼ਾਨ ਕਰਦੇ ਹੈ ਸਰ। ਤੀਜੀ ਗੱਲ, ਰੋਹਤਕ ਤੋਂ ਦਿੱਲੀ ਤਾਂ ਜਿਹੜੇ ਉੱਥੋਂ ਦੇ ਜਾਟ ਨੇ ਉਹ ਬੀੜੀਆਂ ਫੂਕਦੇ ਨੇ, ਅਤੇ ਸਾਡੇ ਪੰਜਾਬੀਆਂ ਨੂੰ ਇੰਨੀ ਕੁ ਸਮੱਸਿਆ ਦਾ ਸਮਾਧਾਨ ਕਰਨਾ ਪੈਂਦਾ, ਸਾਡੀਆਂ ਰਿਜ਼ਰਵੇਸ਼ਨ ਦੀਆਂ ਸੀਟਾਂ ਤੋਂ ਸਾਨੂੰ ਚੱਕ ਚੱਕ ਕੇ ਪਰਾਂ ਸੁੱਟਦੇ ਨੇ, ਜ਼ਬਰਦਸਤੀ ਘੁਸਪੇਟ ਕਰਦੇ ਨੇ। ਮੈਂ ਇਸ ਦੇ ਉੱਤੇ ਵੀ ਧਿਆਨ ਦੇਣਾ ਦਵਾਉਣਾ ਚਾਹੁੰਦਾ ਹਾਂ। ਨਹੀਂ, ਉਹਨਾਂ ਖਿਲਾਫ਼ ਕਾਰਵਾਈ ਹੋਣੀ, ਉਹਨਾਂ ਦੇ ਖਿਲਾਫ਼ ਜਿਹੜੀ ਹੈ ਕਾਰਵਾਈ ਹੋਵੇ, ਮੈਂ ਇਸ ਦੇ ਉੱਤੇ ਕਈ ਵਾਰੀ ਲਿਖ ਵੀ ਚੁੱਕਿਆ ਸਰ। ਫਿਰ ਸਰ, ਇੱਕ ਹੋਰ ਗੱਲ ਕਰਨੀ ਚਾਹੁੰਦਾ ਵੀ ਇਹ ਜਿਹੜੀ ਮਜਿਸਟਰ ਚੈਕਿੰਗ ਆਉਂਦੀ ਹੈ, ਜਿਵੇਂ ਜਨਤਾ ਗੱਡੀ ਹੈ, ਇਹਨੂੰ ਦਿੱਲੀ ਤੋਂ ਕੋਟ ਫਿਰੋਜ਼ਪੁਰ ਤੱਕ ਫ੍ਰੀ ਕੀਤਾ ਹੋਇਆ, ਇਹਦੇ ਕਿਸੇ ਵੀ ਰਿਜ਼ਰਵੇਸ਼ਨ ਦੇ ਡੱਬੇ 'ਚ ਕੋਈ ਵੀ ਯਾਤਰੀ ਚੜ੍ਹ ਜਾਂਦਾ, ਇੱਕ ਲੇਡੀਜ਼ ਕਲੈਕਟਰ ਹੈ, ਉਹ ਜ਼ਬਰਦਸਤੀ ਧੱਕਾ ਕਰਦੀ ਹੈ ਅਤੇ ਜ਼ਬਰਦਸਤੀ ਫਾਈਨ ਲਾਉਂਦੀ ਹੈ। ਇਹ ਮੇਰੇ ਨਾਲ ਘਟਨਾ ਵਾਪਰੀ, ਫਿਰ ਉਹਨੇ ਪੁਲਿਸ ਵਰਦ ਦਾ ਪ੍ਰਯੋਗ ਕੀਤਾ, ਫਿਰ ਮੈਂ ਕੀ ਕੀਤਾ, ਆਪਦੀ ਸੰਘ ਦੀ ਨਿੱਕਰ ਟੋਪੀ ਟੇਚੀ 'ਚੋਂ ਕੱਢੀ ਅਤੇ ਪਾ ਲਈ। ਮੈਂ ਕਿਹਾ ਤੇਰੇ ਨਾਲ ਵੀ ਫੋਰਸ ਹੈ ਅਤੇ ਮੈਂ ਵੀ ਫੋਰਸ ਦਾ ਬੰਦਾ, ਫਿਰ ਉਹ ਝੁੱਕ ਗਈ ਅਤੇ ਮਾਫ਼ੀ ਮੰਗੀ ਅਤੇ ਮੈਨੂੰ ਛੱਡ ਦਿੱਤਾ ਸਰ। ਇੱਕ ਤਕੜਾ ਬੰਦਾ ਸੀ, ਬਚ ਗਿਆ, ਬਾਕੀਆਂ ਦਾ ਕੀ ਹਾਲ ਹੁੰਦਾ ਸਰ, ਮੈਂ ਇਹ ਗੱਲ ਕਹਿਣੀ ਚਾਹੁੰਦਾ। ਅੱਛਾ ਗੁਪਤਾ ਜੀ, ਪ੍ਰਧਾਨ ਜੀ ਅਤੇ ਮਾਸਟਰ ਸੋਮਨਾਥ ਜੀ ਨੇ ਦੱਸਿਆ ਰੇਲਵੇ ਬਾਰੇ, ਰੇਲਵੇ ਯਾਤਰੀਆਂ ਨੂੰ ਆਉਂਦੀਆਂ ਸਮੱਸਿਆਵਾਂ ਦੂਰ ਹੋਣੀਆਂ ਚਾਹੀਦੀਆਂ। ਕੋਟਕਪੂਰਾ ਰੇਲਵੇ ਸਟੇਸ਼ਨ ਨੂੰ ਸਿਰਫ ਪਲ ਦੀ ਪਲ ਜਾਂ ਮੌਕੇ ਲਈ ਹੀ ਨਾ ਨਵਿਆਇਆ ਜਾਵੇ, ਇਹ ਸਦਾ ਇਸੇ ਤਰ੍ਹਾਂ ਚਾਹੀਦਾ।
ਗੁੱਡ ਮਾਰਨਿੰਗ ਵੈਲਫੇਅਰ ਕਲੱਬ ਹਰ ਤਰ੍ਹਾਂ ਦੇ ਸਹਿਯੋਗ ਲਈ ਤਿਆਰ ਹੈ। ਠੀਕ ਹੈ ਜੀ, ਲਓ ਜੀ, ਗੁੱਡ ਮਾਰਨਿੰਗ ਵੈਲਫੇਅਰ ਕਲੱਬ ਨੇ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਮੈਂ ਗੁਰਿੰਦਰ ਸਿੰਘ ਕੋਟਕਪੂਰਾ।